ਦੁਨੀਆ ਭਰ ਦੀਆਂ ਤਾਜ਼ਾ ਤਰੀਨ ਖਬਰਾਂ ਸੁਣਨ ਦੇ ਲਈ ਅਤੇ ਦੇਖਣ ਦੇ ਲਈ ਡਾਊਨਲੋਡ ਕਰੋ ਸਾਡੀ ਐਪ ਆਪਣਾ ਪੰਜਾਬ NRI TV। ਸਤਿ ਸ਼੍ਰੀ ਅਕਾਲ। ਦੇਸ਼ ਵਿਦੇਸ਼ ਵਿੱਚ ਆਪਣਾ ਪੰਜਾਬ NRI TV ਚੈਨਲ ਦੇਖ ਰਹੇ ਦਰਸ਼ਕਾਂ ਦਾ ਮੈਂ ਕਮਲਪ੍ਰੀਤ ਸਵਾਗਤ ਕਰਦੀ ਹਾਂ। ਸਭ ਤੋਂ ਪਹਿਲਾਂ ਨਜ਼ਰ ਹੁਣ ਤੱਕ ਦੀਆਂ ਸੁਰਖੀਆਂ ਤੇ। ਮਨਪ੍ਰੀਤ ਸਿੰਘ ਬਾਦਲ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਕੱਸਿਆ ਵਿਅੰਗ। ਪੰਜਾਬ ਦੇ ਮੁੱਖ ਮੰਤਰੀ ਨੇ ਮਜ਼ਦੂਰ ਦਿਹਾੜੇ ਤੇ ਕੀਰਤੀਆਂ ਨੂੰ ਦਿੱਤੀ ਵਧਾਈ। ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਅਗਲੇ 2 ਹਫ਼ਤਿਆਂ ਵਿੱਚ ਪੈਰਿਸ ਸਮਝੌਤੇ ਤੇ ਵੱਡਾ ਫੈਸਲਾ ਕਰਾਂਗਾ। ਹੁਣ ਵਿਸਥਾਰ। ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ SGPC ਤੇ ਵਿਅੰਗ ਕੱਸਦਿਆਂ ਕਿਹਾ ਹੈ ਕਿ SGPC ਬਾਦਲ ਪਰਿਵਾਰ ਦੇ ਜੇਬ ਦੀ ਘੜੀ ਹੈ ਤੇ ਹੱਥ ਦੀ ਛੜੀ ਹੈ। ਇਸੇ ਦੇ ਨਾਲ ਹੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਇਸ ਛੜੀ ਦਾ ਇਸਤੇਮਾਲ ਬਾਦਲ ਸਾਹਿਬ ਹਰ ਛੋਟੀ ਛੋਟੀ ਜਗ੍ਹਾ ਤੇ ਕਰ ਰਹੇ ਹਨ। ਗੁਰਬਾਣੀ ਦੇ ਪ੍ਰਸਾਰਣ ਇੱਕ ਨਿੱਜੀ ਚੈਨਲ ਨੂੰ ਹੀ ਦੇਣ ਦੇ ਮਾਮਲੇ ਤੇ ਸ਼ਿਕਵਾ ਜ਼ਾਹਿਰ ਕਰਦਿਆਂ ਮਨਪ੍ਰੀਤ ਸਿੰਘ ਬਾਦਲ ਨੇ ਇਸ ਨੂੰ ਸੁਖਬੀਰ ਬਾਦਲ ਦੀ ਤੰਗ ਦਿਲੀ ਕਰਾਰ ਦਿੰਦਿਆਂ ਕਿਹਾ ਕਿ ਗੁਰਬਾਣੀ ਦੇ ਪ੍ਰਸਾਰਣ ਇੱਕ ਨਿੱਜੀ ਚੈਨਲ ਨੂੰ ਹੀ ਦੇਣ ਦੇ ਮਾਮਲੇ ਤੇ ਸ਼ਿਕਵਾ ਜ਼ਾਹਿਰ ਕਰਦਿਆਂ ਮਨਪ੍ਰੀਤ ਸਿੰਘ ਬਾਦਲ ਨੇ ਇਸ ਨੂੰ ਸੁਖਬੀਰ ਬਾਦਲ ਦੀ ਤੰਗ ਦਿਲੀ ਕਰਾਰ ਦਿੰਦਿਆਂ ਕਿਹਾ ਕਿ ਗੁਰਬਾਣੀ ਪ੍ਰਸਾਰਣ ਦਾ ਅਧਿਕਾਰ ਹਰ ਚੈਨਲ ਨੂੰ ਖੁੱਲ੍ਹੇ ਤੌਰ ਤੇ ਹੋਣਾ ਚਾਹੀਦਾ ਹੈ। ਉਹਨਾਂ ਨੇ ਅਭੈ ਚੌਟਾਲਾ ਦੇ ਪੰਜਾਬ ਤੋਂ ਆ ਰਹੀਆਂ ਅਫਸਰਾਂ ਤੇ ਨੇਤਾਵਾਂ ਦੀਆਂ ਗੱਡੀਆਂ ਨੂੰ ਰੋਕ ਕੇ ਜਾਣ ਤੇ ਦਿੱਤੇ ਬਿਆਨ ਨੂੰ ਤੰਗ ਦਿਲੀ ਦੱਸਦਿਆਂ ਕਿਹਾ ਕਿ ਅਜਿਹੇ ਬਿਆਨ ਦੇ ਕੇ ਉਹ ਸਿਆਸੀ ਸ਼ੋਹਰਤ ਖੱਟਣਾ ਚਾਹੁੰਦੇ ਹਨ, ਇਹ ਉਹਨਾਂ ਨੂੰ ਸ਼ੋਭਾ ਨਹੀਂ ਦਿੰਦਾ। ਖੁਦਕੁਸ਼ੀਆਂ ਕਰ ਰਹੇ ਕਿਸਾਨਾਂ ਬਾਰੇ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਸਰਕਾਰ ਇਸ ਮਾਮਲੇ ਤੇ ਗੰਭੀਰ ਹੈ। ਉਹਨਾਂ ਕਿਹਾ ਕਿ ਕਿਸਾਨਾਂ ਦੀਆਂ ਖੁਦਕੁਸ਼ੀਆਂ ਰੋਕਣ ਲਈ ਕਿਸਾਨਾਂ ਦਾ ਕਰਜ਼ਾ ਮਾਫ਼ ਕਰਨ ਦੇ ਨਾਲ ਨਾਲ ਕਿਸਾਨਾਂ ਦੇ ਬੱਚਿਆਂ ਨੂੰ ਰੁਜ਼ਗਾਰ ਦਾ ਪ੍ਰਬੰਧ ਵੀ ਕੀਤਾ ਜਾਏਗਾ। ਇਸ ਨਾਲ ਵੀ ਖੁਦਕੁਸ਼ੀਆਂ ਦੇ ਮਾਮਲੇ ਨੂੰ ਠੱਲ ਪਏਗੀ। ਬਾਦਲ ਪਰਿਵਾਰ ਦੀ ਜੇਬ ਦੀ ਘੜੀ ਹੈ, ਹੱਥ ਦੀ ਛੜੀ ਹੈ ਔਰ ਪਿਛਲੇ 50 ਸਾਲ ਤੋਂ ਬਾਦਲ ਸਾਹਿਬ ਦੀ ਜੇਬ 'ਚੋਂ ਪਰਚੀ ਨਿਕਲਦੀ ਹੈ ਜਿਹੜਾ ਕਿ ਇਹਦੇ ਪ੍ਰਧਾਨ ਬਣਦੇ ਹੈ ਔਰ ਆਪਣੇ ਛੋਟੇ ਛੋਟੇ ਮੁਫਾਦਾਂ ਦੀ ਖਾਤਰ ਬਾਦਲ ਸਾਹਿਬ ਇਹਦਾ ਇਸਤੇਮਾਲ ਕਰ ਰਹੇ ਹੈ। ਗੁਰਬਾਣੀ ਦਾ ਨਸ਼ਰ ਹੋਣਾ ਹੈ, ਇਹ ਓਪਨ ਹੋਣਾ ਚਾਹੀਦਾ। ਸੋ ਇਹ ਬਾਦਲ ਸਾਹਿਬ ਪਿਛਲੇ 50 ਸਾਲ ਤੋਂ ਸੁਖਬੀਰ ਬਾਦਲ ਔਰ ਅਕਾਲੀ ਦਲ ਇਹ SGPC ਤੇ ਯਰਗਮਾਲ ਹੋ ਚੁੱਕਿਆ ਹੈ ਔਰ ਮੈਂ ਸਮਝਦਾ ਇਹ ਇਹ ਵਜ੍ਹਾ ਹੈ ਕਿ SGPC ਜਿਹੜੀ ਹੈ ਆਪਣੇ ਕੰਮ ਕਾਜ ਜੋ ਉਹਨਾਂ ਦਾ ਕੰਮ ਕਾਜ ਹੈ ਜੋ ਹੋਣਾ ਚਾਹੀਦਾ ਹੈ ਉਹਦੇ ਵਿੱਚ ਕਾਮਯਾਬ ਨਹੀਂ ਹੋ ਰਹੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਜ਼ਦੂਰ ਦਿਹਾੜੇ ਤੇ ਮਜ਼ਦੂਰਾਂ ਨੂੰ ਇਸ ਦਿਨ ਦੀ ਵਧਾਈ ਦਿੱਤੀ ਹੈ। 1 ਮਈ ਨੂੰ ਪੂਰੀ ਦੁਨੀਆ 'ਚ ਮਜ਼ਦੂਰ ਦਿਹਾੜਾ ਮਨਾਇਆ ਜਾਂਦਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਦਿਵਸ ਦੁਨੀਆ ਭਰ ਵਿੱਚ ਕੀਰਤੀ ਜਮਾਤ ਦੀ ਇਤਿਹਾਸਿਕ ਜਿੱਤ ਦਾ ਪ੍ਰਤੀਕ ਹੈ। ਮਈ ਦਿਵਸ ਉੱਤੇ ਆਪਣੇ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਕੀਰਤੀਆਂ ਨੂੰ ਇਹ ਦਿਵਸ ਨਾ ਸਿਰਫ ਆਪਣੀ ਖੁਸ਼ਹਾਲੀ ਦੇ ਸੰਬੰਧ ਵਿੱਚ ਮਨਾਉਣ ਸਗੋਂ ਇਸ ਮੌਕੇ ਮਜ਼ਦੂਰ ਜਮਾਤ ਦੇ ਅਧਿਕਾਰਾਂ ਦੀ ਰੱਖਿਆ ਲਈ ਸੰਕਲਪ ਲੈਣ ਲਈ ਵੀ ਕਿਹਾ ਹੈ। ਉਹਨਾਂ ਕਿਹਾ, ਆਓ ਆਪਾਂ ਕੀਰਤੀਆਂ ਦੇ ਅਧਿਕਾਰਾਂ ਦੀ ਸੁਰੱਖਿਆ ਲਈ ਆਪਣੇ ਸਿਸਟਮ ਵਿੱਚ ਇੱਕ ਦਿਵਸ ਦੀ ਭਾਵਨਾ ਨੂੰ ਪੈਦਾ ਕਰਨ ਦਾ ਪ੍ਰਣ ਕਰੀਏ ਜਿਨ੍ਹਾਂ ਨੇ ਸਾਡੇ ਜੀਵਨ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ ਹੈ। ਹਰਿਆਣਾ ਰੋਡਵੇਜ਼ ਦੇ ਕਾਮਿਆਂ ਨੇ 1 ਮਈ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਤੇ ਜਾਣ ਦਾ ਐਲਾਨ ਕੀਤਾ ਹੈ। ਆਪਣੀਆਂ ਮੰਗਾਂ ਨੂੰ ਲੈ ਕੇ ਰੋਡਵੇਜ਼ ਦੇ ਕਾਮਿਆਂ ਨੇ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਆਪਣੀ ਹੜਤਾਲ ਵਾਪਸ ਲਈ ਸੀ, ਪਰ ਸਰਕਾਰ ਵੱਲੋਂ ਮੰਗਾਂ ਨਾ ਮੰਨੀਆਂ ਜਾਣ ਕਰਕੇ ਰੋਡਵੇਜ਼ ਦੀਆਂ 8 ਯੂਨੀਅਨਾਂ ਨੇ ਹੜਤਾਲ ਉੱਤੇ ਜਾਣ ਦਾ ਐਲਾਨ
ਕਰ ਦਿੱਤਾ। ਰੋਡਵੇਜ਼ ਦੇ ਕਾਮੇ ਸਰਕਾਰ ਦੀ ਨਵੀਂ ਟਰਾਂਸਪੋਰਟ ਨੀਤੀ ਦਾ ਵਿਰੋਧ ਕਰ ਰਹੇ ਹਨ। ਸਰਕਾਰ ਸੂਬੇ ਵਿੱਚ ਪ੍ਰਾਈਵੇਟ ਵਾਹਨਾਂ ਨੂੰ ਲੈ ਕੇ ਆਉਣਾ ਚਾਹੁੰਦੀ ਹੈ, ਜਿਸ ਦਾ ਰੋਡਵੇਜ਼ ਕਾਮੇ ਵਿਰੋਧ ਕਰ ਰਹੇ ਹਨ। ਫਿਲਹਾਲ ਵਕਤ ਇੱਕ ਛੋਟੇ ਜਿਹੇ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਵੀ ਖਬਰਾਂ ਜਾਰੀ ਰਹਿਣਗੀਆਂ। ਦੁਨੀਆ ਭਰ ਦੀਆਂ ਤਾਜ਼ਾ ਤਰੀਨ ਖਬਰਾਂ ਸੁਣਨ ਦੇ ਲਈ ਅਤੇ ਦੇਖਣ ਦੇ ਲਈ ਡਾਊਨਲੋਡ ਕਰੋ ਸਾਡੀ ਐਪ ਆਪਣਾ ਪੰਜਾਬ NRI TV। ਆਪਣਾ ਪੰਜਾਬ ਗਰੁੱਪ ਤੁਹਾਡੀ ਸੇਵਾ ਦੇ ਵਿੱਚ ਲੈ ਕੇ ਆਏ ਨੇ ਕੈਨਮ ਫੋਨ। ਮੈਂ ਕਿਹਾ ਕਿੱਥੇ ਐ? ਮੈਂ ਤਾਂ ਕੈਨਮ ਦੇ ਗਈ ਸੀ। ਉਹ ਕੈਨਮ ਕੀ? ਕੈਨਮ ਫੋਨ, ਪਿੰਨਲੈਸ ਫੋਨ ਸਰਵਿਸ, ਸਾਫ ਸੁਥਰੀ ਆਵਾਜ਼, ਕੋਈ ਵਾਧੂ ਚਾਰਜ ਨਹੀਂ। ਕੈਨੇਡਾ ਤੇ ਅਮਰੀਕਾ ਤੋਂ ਇੱਕੋ ਹੀ ਰੇਟ। ਇੰਡੀਆ ਸੈੱਲ ਤੇ ਲੈਂਡਲਾਈਨ ਇੱਕੋ ਹੀ ਰੇਟ ਤੇ ਨਾਲੇ 1500 ਮਿੰਟ ਫ੍ਰੀ। ਜਿੰਨੀ ਗੱਲ ਕਰੀਏ ਉਨੇ ਹੀ ਪੈਸੇ ਕੱਟਣਗੇ? ਜੀ ਹਾਂ, ਭਰੋਸੇਯੋਗ ਸਰਵਿਸ। ਅੱਜ ਹੀ ਕਾਲ ਕਰੋ 7185761201 ਅਤੇ 7185761840 ਤੇ। ਬ੍ਰੇਕ ਤੋਂ ਬਾਅਦ ਤੁਹਾਡਾ ਮੁੜ ਸਵਾਗਤ ਹੈ। ਪੰਜਾਬੀ ਜਿੱਥੇ ਪੂਰੀ ਦੁਨੀਆ ਦੇ ਵਿੱਚ ਆਪਣੇ ਚੰਗੇ ਕੰਮਾਂ ਲਈ ਜਾਣੇ ਜਾਂਦੇ ਹਨ, ਉੱਥੇ ਹੀ ਪੰਜਾਬੀ ਪੂਰੀ ਦੁਨੀਆ ਦੇ ਵਿੱਚ ਆਪਣਾ ਨਾਮ ਵੀ ਰੋਸ਼ਨ ਕਰਦੇ ਹਨ। ਇਸੇ ਤਰ੍ਹਾਂ ਦਾ ਇੱਕ ਵਾਰ ਫਿਰ ਤੋਂ ਪੰਜਾਬੀ ਨੇ ਕਾਰਨਾਮਾ ਕਰ ਦਿਖਾਇਆ। ਅਮਰੀਕਾ ਦੇ ਵਿੱਚ ਇੱਕ ਪੰਜਾਬੀ ਨੂੰ ਸਨਮਾਨਿਤ ਕੀਤਾ ਗਿਆ। ਆਪਸੀ ਸਾਂਝ ਤੇ ਮਿਲਵਰਤਨ ਦੀ ਭਾਵਨਾ ਇੱਕ ਦੇਸ਼ ਹੀ ਨਹੀਂ ਸਗੋਂ ਕਿ ਲੋਕਾਂ ਨੂੰ ਜੋੜਨ ਦਾ ਕੰਮ ਵੀ ਕਰਦੀ ਹੈ। ਕੁਝ ਅਜਿਹਾ ਹੀ ਇਹ ਗੁਰਸਿੱਖ ਨੌਜਵਾਨ, ਜਿਸ ਦਾ ਨਾਂ ਸਰਵਨਜੀਤ ਸਿੰਘ ਖਾਲਸਾ ਹੈ, ਜੋ ਕਿ ਪੰਜਾਬ ਦੇ ਜਲੰਧਰ ਤੋਂ ਹੈ, ਖਾਲਸਾ ਨੂੰ ਵਾਸ਼ਿੰਗਟਨ ਸਥਿਤ ਸੰਘੀ ਜਾਂਚ ਏਜੰਸੀ ਦੇ ਹੈੱਡਕੁਆਰਟਰ ਸਨਮਾਨਿਤ ਕੀਤਾ ਗਿਆ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ 100 ਦਿਨ ਪੂਰੇ ਹੋਣ ਤੇ ਪੈਰਿਸ ਦੇ ਨਾਲ ਆਪਣਾ ਵੱਡਾ ਵਾਅਦਾ ਪੂਰਾ ਕਰਨ ਦਾ ਐਲਾਨ ਕੀਤਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜਲਦ ਹੀ ਇੱਕ ਪਾਸੜ ਪੈਰਿਸ ਜਲਵਾਯੂ ਸਮਝੌਤੇ ਤੇ ਵੱਡੇ ਫੈਸਲੇ ਦਾ ਵਾਅਦਾ ਕੀਤਾ ਹੈ। ਉਹਨਾਂ ਨੇ ਦੋਸ਼ ਲਾਇਆ ਹੈ ਕਿ ਅਮਰੀਕਾ ਤੋਂ ਧਨ ਦੇਣ ਲਈ ਕਹਿ ਕੇ ਉਸ ਨੂੰ ਅਨੁਚਿਤ ਢੰਗ ਨਾਲ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਜਦਕਿ ਰੂਸ, ਚੀਨ ਤੇ ਭਾਰਤ ਵਰਗੇ ਪ੍ਰਦੂਸ਼ਣ ਕਰਨ ਵਾਲੇ ਵੱਡੇ ਦੇਸ਼ ਕੁਝ ਵੀ ਯੋਗਦਾਨ ਨਹੀਂ ਕਰ ਰਹੇ ਹਨ। ਉਹਨਾਂ ਨੇ ਰਾਸ਼ਟਰਪਤੀ ਅਹੁਦੇ ਦੇ 100 ਦਿਨ ਪੂਰੇ ਹੋਣ ਦੇ ਮੌਕੇ ਤੇ ਇੱਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮੈਂ ਅਗਲੇ 2 ਹਫ਼ਤਿਆਂ ਵਿੱਚ ਪੈਰਿਸ ਸਮਝੌਤੇ ਤੇ ਵੱਡਾ ਫੈਸਲਾ ਕਰਾਂਗਾ ਅਤੇ ਅਸੀਂ ਦੇਖਦੇ ਹਾਂ ਕਿ ਉਹ ਕੀ ਹੁੰਦਾ ਹੈ। ਅੱਜ ਦੇ ਬੁਲੇਟਿਨ ਵਿੱਚ ਫਿਲਹਾਲ ਇੰਨਾ ਹੀ। ਮੈਨੂੰ ਯਾਨੀ ਕਿ ਕਮਲਪ੍ਰੀਤ ਨੂੰ ਦਿਓ ਆਗਿਆ। ਸਤਿ ਸ਼੍ਰੀ ਅਕਾਲ। ਦੁਨੀਆ ਭਰ ਦੀਆਂ ਤਾਜ਼ਾ ਤਰੀਨ ਖਬਰਾਂ ਸੁਣਨ ਦੇ ਲਈ ਅਤੇ ਦੇਖਣ ਦੇ ਲਈ ਡਾਊਨਲੋਡ ਕਰੋ ਸਾਡੀ ਐਪ ਆਪਣਾ ਪੰਜਾਬ NRI TV।